पिंड दुबली दी गऊशाला विच तूड़ी ना पठे भुख नाल मर रही गावां प्रशासन नहीं लै रहा सार। किसान यूनियन अते पिंड वासियां ने सरकार पासों कीती मंग। विधानसभा हलका पट्टी अधीन पिंड दुबली विखे बने गऊशाला विखे एकत्र होए पिंड वासी ते किसान आगूआं प्रशासन ते पंजाब सरकार खिलाफ जम के नारेबाजी कीती अते कहा कि गऊशाला विच ना तूड़ी ते ना ही पठ्ठियां दा कोई प्रबंध है। गावां लंबी स्किन अते भुखमरी नाल मर रहीआं हन। प्रशासन नूं गावां लई वार वार जाणू करवाया गया है पर कोई भी इत्थे सार लैण नहीं पहुंचा। इस मौके देखो किसानां ने की कहा, तुसीं आप सुनो। ਇਹਦਾ ਸ਼ੈੱਡ ਵੀ ਖਾਲੀ ਹੋਇਆ ਪਿਆ ਵਾ। ਇੱਕ ਸ਼ੈੱਡ ਤੁਹਾਨੂੰ ਅੱਗੇ ਵਿਖਾ ਚੁੱਕੇ, ਉਹ ਉੱਡ ਗਿਆ ਸਾਰਾ ਹਨੇਰੀ ਦੇ ਨਾਲ, ਤਾਂ ਨੂੰ ਉੱਡ ਗਿਆ। ਬੜੇ ਚਿਰ ਦੀ ਉਹਦੀ ਮੰਗ ਆ ਸਾਡਾ ਸ਼ੈੱਡ ਦੀ, ਉਹਦੀ ਰਿਪੇਅਰ ਕਰਾਈ ਜਾਵੇ। ਆਹ ਤੂੜੀ ਵਾਲਾ ਸ਼ੈੱਡ ਖਾਲੀ ਹੋਇਆ ਪਿਆ, ਬਸ ਆ ਇਕੱਠੀ। ਮੇਰਾ ਨਾਮ ਭਾਅ ਜੀ ਗੁਰਭੇਜ ਸਿੰਘ, ਕਾਲੇ ਗਵਤਾੜ ਪਿੰਡ ਆਪਣਾ। ਅਤੇ ਅੱਜ ਇੱਥੇ ਆਪਾਂ ਜਿਹੜਾ ਗਊਆਂ ਦੇ ਮਸਲੇ ਦੇ ਵਿੱਚ ਇਕੱਠੇ ਹੋਏ ਹਾਂ। ਇਹਨਾਂ ਦਾ ਤੂੜੀ ਮੁੱਕੀ ਆ, ਤੂੜੀ ਨਹੀਂ ਭੇਜ ਰਿਹਾ ਜਿਹੜਾ ਪ੍ਰਸ਼ਾਸਨ। ਅਤੇ ਜਿਹੜਾ ਸਟਾਫ ਇੱਥੇ ਮੈਨੇਜਰ ਸਾਹਿਬ, ਉਹਨਾਂ ਨੇ ਚਿੱਠੀ ਲਿਖ ਕੇ ਭੇਜੀ ਆ SDM ਸਾਹਿਬ ਨੂੰ, ਅਤੇ ਉਹਨਾਂ ਨੇ ਗਾਂਹ ਮਾਰ ਕਰਤੀ DC ਸਾਹਿਬ ਨੂੰ। ADC ਸਾਹਿਬ ਕੋਲ ਚਲ ਗਈ, ਉਹ ਘੁੰਮਦੀ ਘੁੰਮਾਉਂਦੀ ਥੱਲੇ ਆਣ ਕੇ, ਅਤੇ ਫਿਰ ਇਹਨਾਂ ਕੋਲ ਮੁੱਕ ਜਾਂਦੀ ਆਣ ਕੇ। ਮੈਨੇਜਰ ਸਾਹਿਬ ਜਿਹੜੇ ਇੱਥੇ ਮੈਨੇਜ ਕਰਦੇ ਆ ਗਊਸ਼ਾਲਾ ਨੂੰ, ਅਤੇ ਮਸਲਾ ਹੱਲ ਕੋਈ ਹੁੰਦਾ ਨਹੀਂ ਇਹਦਾ। ਚਿੱਠੀ ਉਹ ਹੀ ਘੁੰਮੀ ਜਾਂਦੀ, ਉਹ ਆਉਂਦੇ ਜੀ ਥੱਲੇ ਚਲ ਜਾਓ, ਉੱਪਰ ਚਲ ਜਾਓ, ਉਹਦੇ ਕੋਲ ਚਲ ਜਾਓ, ਇਹਦੇ ਕੋਲ ਚਲ ਜਾਓ, ਬਸ ਜਾਣ ਆਉਣ ਬਣਿਆ ਮਸਲਾ ਹੱਲ ਕੋਈ ਨਹੀਂ ਹੁੰਦਾ। ਜੇ ਮੰਤਰੀ ਸਾਹਿਬ ਨੂੰ ਮਿਲੇ ਇੱਥੋਂ ਦੇ ਜਿਹੜੇ ਆਗੂ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਵੀ ਕੋਈ ਕੰਨ 'ਤੇ ਜੂ ਨਹੀਂ ਸਰਕਦੀ। ਅਤੇ ਅਸੀਂ ਤਾਂ ਇਹੋ ਮੰਗ ਕਰਦੇ ਹਾਂ ਸਰਕਾਰ ਤੋਂ, ਭਗਵੰਤ ਮਾਨ ਜੀ ਤੋਂ, ਵੀ ਇਹਨਾਂ ਗਊਆਂ ਵਿਚਾਰੀਆਂ ਵਾਲੇ ਧਿਆਨ ਦਿੱਤਾ ਜਾਵੇ। 2016 ਤੋਂ ਇਹ ਗਊਸ਼ਾਲਾ ਬਣੀ ਆ, ਉਦੋਂ ਤੋਂ ਹੀ ਇਹ ਜਿਹੜੇ ਮਸਲੇ ਬੜੇ ਹੀ ਇਹ ਭੁੱਖਮਰੀ ਦੇ ਨਾਲ, ਅਤੇ ਕੁੱਤੇ ਟੱਪਦੇ ਆ, ਫੈਂਸਿੰਗ ਟੁੱਟੀ ਆ, ਨਾ ਉਹ ਮਸਲਾ ਹੱਲ ਹੁੰਦਾ, ਨਾ ਕੋਈ ਇੱਥੇ ਟੋਕਾ ਹੈਗਾ ਵਾ ਪੱਠੇ ਕੁੱਤਰ ਨੂੰ ਚੰਗਾ। ਪਾਣੀ ਵਾਲੀ ਖੇਲ ਉਹ ਵੀ ਟੁੱਟੀ ਹੋਈ ਆ, ਖੁਰਲੀਆਂ ਵਿੱਚ ਉਹ ਵੀ ਟੁੱਟੀਆਂ ਹੋਈਆਂ, ਅਤੇ ਬੜੇ ਜ਼ਿਆਦਾ ਗਊਆਂ ਦੇ ਵਿਚਾਰੀਆਂ ਦੇ ਕਸ਼ਟ ਆਉਣ ਡਿਆ। ਕਾੜੀ ਲੰਪੀ ਸਕਿਨ ਬਿਮਾਰੀ ਚੱਲੀ, ਉਹਦੇ ਵਿੱਚ ਵੀ ਕੋਈ ਸਰਕਾਰ ਵੱਲੋਂ ਇੱਥੇ ਸਹਿਯੋਗ ਨਹੀਂ ਕੀਤਾ ਗਿਆ। ਸੇਵਾ ਸੁਸਾਇਟੀ ਵਾਲੇ ਮੁੰਡੇ ਜਿਹੜੇ ਨਗਰ ਦੇ ਸਹਿਯੋਗ ਦੇ ਨਾਲ, ਇਹ ਲਾਗੇ ਪਿੰਡ ਬੰਗਲਾ ਵਾ ਸਾਡੇ, ਕਾਲੇ ਗਵਤਾੜ ਆ, ਸਭਰਾ ਵਾ, ਦੁਬਲੀ ਪਿੰਡ ਆ, ਇਹ ਨਗਰ ਦੇ ਜਿਹੜੇ ਸੇਵਾਦਾਰ, ਇਹ ਰਲ ਮਿਲ ਕੇ ਸਾਰੇ ਸੇਵਾ ਕਰਦੇ ਗਊਆਂ ਦੇ, ਪੈਲੀ ਦੇ ਵਿੱਚ ਪੱਠੇ ਬੀਜਦੇ ਆ, ਅਤੇ ਵੱਢ ਕੇ ਜਿਹੜੇ ਇੱਥੇ ਹੈਗੇ ਕਰਮਚਾਰੀ 4 ਕੁ ਬੰਦੇ ਵਿਚਾਰੇ, ਉਹ ਪਾਈ ਜਾਂਦੇ ਆ, ਜਾਂ ਫਿਰ ਇਹਨੂੰ ਚੁੱਕਿਆ ਜਾਵੇ ਇੱਥੋਂ। ਅਤੇ ਲਾਲਜੀਤ ਭੁੱਲਰ ਸਾਹਿਬ ਜਦੋਂ ਮੰਤਰੀ ਸਾਹਿਬ ਜਿਹੜੇ ਹੁਣ ਬਣੇ ਸਾਡੇ ਹਲਕੇ ਦੇ, ਮਹਿਕਮਾ ਵੀ ਉਹਨਾਂ ਦੇ ਕੋਲ ਆ ਪਸ਼ੂ ਪਾਲਣ ਵਿਭਾਗ, ਅਤੇ ਫਿਰ ਵੀ ਉਹਨਾਂ ਦੇ ਕੰਨ 'ਤੇ ਕੋਈ ਜੂ ਨਹੀਂ ਸਰਕਦੀ। ਜਿਹੜਾ ਗਊ ਸੈਸ ਆਉਂਦਾ ਲੱਖਾਂ ਕਰੋੜਾਂ ਰੁਪਈਆ, ਉਹ ਕਿੱਧਰ ਜਾਂਦਾ? ਅਸੀਂ ਤਾਂ ਇਹ ਮੰਗ ਕਰਦੇ ਸਾਨੂੰ ਉਹਦਾ ਹਿਸਾਬ ਦਿੱਤਾ ਜਾਵੇ। ਇਹ ਆਉਂਦੇ ਬੋਰਡ ਲਾ ਕੇ ਜਾਵਾਂਗੇ, ਮੰਤਰੀ ਸਾਹਿਬ ਆਉਂਦੇ ਅਸੀਂ ਬੋਰਡ ਲਾਵਾਂਗੇ, ਬੋਰਡ 'ਤੇ ਲਿਖ ਕੇ ਹਿਸਾਬ ਦੇਵਾਂਗੇ। ਲਿਖ ਕੇ ਹਿਸਾਬ ਦੇਣਾ ਤਾਂ ਬੜੀ ਦੂਰ ਦੀ ਗੱਲ, ਇਹਨੂੰ ਮੰਤਰੀ ਸਾਹਿਬ ਤੂੜੀ ਪੂਰੀ ਕਰ ਦਿਓ। ਇਹੋ ਸਾਡੀ ਤੁਹਾਨੂੰ ਬੇਨਤੀ, ਹੋਰ ਸਾਡੀ ਕਿਸੇ ਦੇ ਨਾਲ ਰੰਜਿਸ਼ ਨਹੀਂ, ਨਾ ਕੋਈ ਸਾਡੀ ਪਾਰਟੀ ਬਾਜੀ ਕਿਸੇ ਦੇ ਨਾਲ। ਇਹੋ ਹੀ ਸਾਡੀ ਤਾਂ ਬੇਨਤੀ ਵੀ ਗਊਆਂ ਵਿਚਾਰੀਆਂ ਪਲਦੀਆਂ ਰਹਿਣ, ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਇਹਨਾਂ ਦੀ ਜਾਨ ਨਿਕਲਦੀ, ਸੜ ਤੋਂ ਨਹੀਂ ਜਰੀਆਂ ਜਾਂਦੀਆਂ। ਇਹ ਲੱਦ ਕੇ ਟਰਾਲਿਆਂ ਦੇ ਉੱਤੇ ਅਤੇ DC ਸਾਹਿਬ ਦੇ ਦਫ਼ਤਰ ਅਤੇ ਮੰਤਰੀ ਸਾਹਿਬ ਦੇ ਬੂਹੇ ਅੱਗੇ ਜਾ ਕੇ ਅਸੀਂ ਲਾਵਾਂਗੇ, ਵੱਡਾ ਸੰਘਰਸ਼ ਵਿੱਢਿਆ ਜਾਊਗਾ। ਇਹੋ ਬੇਨਤੀਆਂ ਕਰਦੇ ਖਿਮਾ ਦੇ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਵਨ ਸਿੰਘ ਸੀਤੋ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਆਗੂ, ਔਰ ਜਿਹੜਾ ਅੱਜ ਦਾ ਅਸੀਂ ਗਊਸ਼ਾਲਾ ਦਾ ਮਸਲਾ ਲੈ ਕੇ ਕਈ ਵਾਰ ਪਿਛਲੀਆਂ ਸਰਕਾਰਾਂ ਦੇ ਵੀ ਅਸੀਂ ਨੱਕ ਰਗੜੇ ਆ, ਔਰ ਹੁਣ ਵੀ ਜਿਹੜਾ SDM ਪੱਟੀ ਦੇ ਗਾੜੀ ਬੂਹੇ ਦੇ ਅੱਗੇ ਪਿਛਲੇ 14-15 ਦਿਨਾਂ ਤੋਂ ਧਰਨਾ ਲਾ ਕੇ ਬੈਠੇ ਹਾਂ, ਔਰ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਜਿਵੇਂ ਕਿ ਆ ਗਊਸ਼ਾਲਾ ਦਾ ਮਸਲਾ ਵਾ, ਗਾਵਾਂ ਜਿਹੜੀਆਂ ਉਹ ਤੜਫ ਤੜਫ ਕੇ ਉਹਨਾਂ ਦਾ ਬੁਰਾ ਹਾਲ ਹੋ ਚੁੱਕਾ ਵਾ। ਲਾਲਜੀਤ ਸਿੰਘ ਭੁੱਲਰ ਖਾਸ ਕਰਕੇ ਜਦੋਂ ਬਣਨਾ ਸੀ ਉਹਨਾਂ ਨੇ ਇਸ ਗਊਸ਼ਾਲਾ ਦਾ ਉਹਨਾਂ ਨੇ ਦੌਰਾ ਕੀਤਾ, ਔਰ ਉਹਨਾਂ ਨੇ ਕਿਹਾ ਕਿ ਬਣਦਿਆਂ ਸਾਰ ਹੀ ਇਹ ਜਿਹੜੀ ਗਊਸ਼ਾਲਾ ਵਾ ਇਹਦੇ ਵਿੱਚ ਤੂੜੀ ਵੀ ਵਾਧੂ ਕਰਾਂਗੇ, ਪੱਠਾ ਵੀ ਵਾਧੂ ਕਰਾਂਗੇ, ਅਤੇ ਗਊਆਂ ਨੂੰ ਜਿਹੜੀ ਆ ਗਊਸ਼ਾਲਾ ਦਾ ਫੰਡ ਆ ਉਹ ਤੋਂ ਵੀ ਬਹੁਤ ਜਿਹੜਾ ਉਹ ਹੱਥ ਤੰਗ ਆ ਸਰਕਾਰ ਨੇ ਕੀਤਾ ਹੋਇਆ ਵਾ, ਮਾਇਆ ਬਿਲਕੁਲ ਨਹੀਂ ਹੈਗੀ। ਔਰ ਜਿਹੜੀ ਮਜ਼ਦੂਰਾਂ ਦੀ ਤਨਖਾਹ ਵਾ ਪਿਛਲੇ ਕਈਆਂ ਮਹੀਨਿਆਂ ਤੋਂ ਉਹ ਜਿਹੜੀ ਨਹੀਂ ਪਈ, 3 ਮਹੀਨਿਆਂ ਤੋਂ ਤਨਖਾਹ ਮਜ਼ਦੂਰਾਂ ਦੀ ਜਿਹੜੀ ਆ ਉਹ ਸਰਕਾਰ ਨੇ ਮੁਹੱਈਆ ਨਹੀਂ ਕਰਵਾਈ। ਇਸ ਕਰਕੇ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਇਹ ਸਾਡੀ ਜਿਹੜੀ ਮੰਗ ਆ ਔਰ ਮਜ਼ਦੂਰਾਂ ਦੀ ਜਿਹੜੀ ਤਨਖਾਹ ਵਾ ਉਹ ਪਾਈ ਜਾਵੇ, ਜਿਨ੍ਹਾਂ ਤੋਂ ਉਹਨਾਂ ਦਾ ਘਰ ਬਾਰ ਚੱਲਣਾ ਵਾ, ਔਰ ਜਿਹੜੀਆਂ ਗਊਆਂ ਮਰ ਰਹੀਆਂ ਵਾ ਉਹਨਾਂ ਬਾਰੇ ਸੋਚਿਆ ਜਾਵੇ, ਔਰ ਜਿਹੜੀ ਬਿਮਾਰੀ ਵੱਧ ਤੋਂ ਵੱਧ ਫੈਲਦੀ ਜਾ ਰਹੀ ਆ ਉਹ ਗਊਆਂ ਬਾਰੇ ਸੋਚਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
मेरा नाम हरविंदर सिंह जी, मैं इतने अकाउंटेंट काम मैनेजर बतौर जॉब कर रहा हाँ गऊशाला दुबली विखे जी। जिस तरह कि पिंड वासियों ने दोष लाया कि इतने कोई सहूलत नहीं, की कहना चाहते उन्होंने बारे की? हाँ जी जी, पिछले 5-6 दिनों तो मैं चिट्ठी कढ़ी जी अपनी गऊशाला तूड़ी की खत्म हो चुकी आ, तो पिंड सेवा सोसायटी वालों जी तूड़ी तूड़ी पजाई जा रही गऊशाला ज, तो मैं तो कल भी चिट्ठे चक्कर कटे, परसों भी एस डी एम डी साहब न कह गए हैं कि अपनी गऊशाला तूड़ी मुहैया कराई जाए, अंत चिट्ठी लिखी रुचि दे गए, पर कोई कार्रवाई नहीं पाई गई उन्होंने वालों, तो ना साढ़े तनखावं पै रही, 3-3 महीने तनखावं नहीं पाइं जी, ना तूड़ी का प्रबंध हो रहा वा, उदू बाद अपने 1 साल 11 महीने को बिजली का बिल पेंडिंग पाया जी। जिस तरह की कोई चारी की मुश्किल आ रही है? चारा भी तूड़ी जी, तूड़ी मुश्किल बहुत आ रही है, तो जी अपना गौं ने तूड़ी खानी, तूड़ी खत्म हो चुकी है, पिंड वाले वालों सहयोग ना ही इस वे आ रही गऊशाला चो। कोई मेडिसन कोई है? हाँ जी, मेडिसन जी पिछले समय ला गए हैं, मेडिसन तो है जी। ये गौशाला फिर कितना चल रहा? गऊशाला इस वे बस सेवा सोसायटी वाले चला रहे जी, अपने जो पिंड वाले इकट्ठे हो गए, रोज ट्राली एक लै आते पा देंगे जी। जिस तरह तुम तनखावं नहीं मिलती? तनखावं तो जी अं तरला मारे उन्होंने भी तनखावं पाइया जन, मेरे बंद भज गए, मैं घरों मना के लिया, तुम आए भाई तुम्हारी तनखा पा देने, तो इन बेचारे ने उही कमा उही खाना, तनखा भी नहीं पै रही, तनखा तो बड़ा औखा, इन्होंने कहता सर तनखावं ना पाइं, अभी सोमवार तो गऊशाला नहीं काम करना जी, अगर ये काम ना करना गावं तो भुखे मर जाएंगे जी, जे गावं देखभाल करने का कोई इतना होगा। सर तुम दस जी पहले कि तूड़ी तो गऊशाला खत्म हो चुकी है, तो अपने पिंड वाले ग्रही करके ट्राली रोज तूड़ी पाई जाते चली जाता, बड़ा औखा है वाले जी। की मांग करते जो? मांग यही है जी, एक तूड़ी बचाई जाए गऊशाला, समय सिर तूड़ी बचाई जाए, तो एक जरा अपना तनखावं का वा वह कराया जाए जी, बस दो मेन मंगा दो ही है जी, तनखावं तूड़ी का, बाकी हरा चारा पिंड वाले वालों ट्रैक्टर लैके जमीन वाह गए पट्ठे बीजे जाते हैं, वो चली जाता साढ़ा हरे चारे का, मेन सू मुश्किल तूड़ी की आ रही है, तो तनखावं आ रही है। अपने इस वे 225 गां गऊशाला है जी, अपने हफ्ते से 1 या 2 गावं की डेथ हो जाती है। ग्रांट आती है, वह ग्रांट से इतना लगा लगे सगो तुम तो सेवा करो, जो उसे सेवा नहीं होंगी फिर तो पाप लगता तहू भी नाल, जो भुखिया मर दिया गावं, तो जो उसे सेवा हो पत्थे ढंग ना पैन तो भीर पुन भी तहू लगना, जो गऊशाला की उसे सेवा गऊं की हो पुन भी तहू लगना, अगे ग्रांट आती है, MLA तो लीडर रल के खा जाते हैं।